द फैक्ट है तुहाडा स्वागत है जी। मैं हाँ सुखविंदर कोटली। अज तुहानू मिलाउण जा रहा डेरा सच्चा सौदा दे प्रति लोक जिहड़े हैगे किस तरह अपनियां शादियां करवाउंदे ने, की उहनां दे अंदर ऐसा जनून है भी नजायज़ खर्चा जिहड़ा शादियां ते कीता जांदा सी उह तों अलग तरह दी जिहड़ियां इत्थे शादियां कीतियां जांदियां ने। जाणदियां अज इक जिहड़े साडे नाल नवां जिहड़ा जोड़ा सानूं मिलिया, अज मैरिज जिहड़ी इस डेरे सच्चे सौदे विच करवाई सी, जाणदियां की उहनां दा जिहड़ा हैगा किस तरह दी शरधा रखदे ने डेरे सच्चे सौदे प्रति, की उन्हों का प्यार जिहड़ा संत गुरमीत राम सिंह इंसान जी लैके की है उन्होंने अंदर, जानदे उन्होंने जबानी। सत श्रीकाल जी भाई जी। सब तो पहले तो तुहानूं बड़ा मुबारकबाद दिंदे हां असीं कि तुसीं जिहड़ा इस तरह का जिहड़ा स्टैप चक गया है, तुहानूं नवां जिहड़ा अपना जीवन शुरू किया, असीं आस करदे हां परमात्मा नूं तुहाडा जिहड़ा दिन दुखी रात जिहड़ी तरक्की देवे। की तुहाडी सोच है, तुसीं इत्थे शादी क्यों करवाई है जी? ਅਸੀਂ ਪਿਤਾ ਜੀ ਦੇ ਬਚਨਾਂ 'ਤੇ ਚੱਲਦੇ ਹਾਂ ਜੀ, ਜੋ ਪਿਤਾ ਜੀ ਦੇ ਸਤਿਗੁਰ ਦੇ ਬਚਨ ਹੈ, ਅਸੀਂ ਉਹਨਾਂ ਮੁਤਾਬਕ ਅਸੀਂ ਸ਼ਾਦੀ ਜਿਹੜਾ ਕਰਨ ਦਾ ਨਿਸ਼ਚਾ ਕੀਤਾ ਸੀ। ਕੀ ਮਤਲਬ ਕਿਸ ਤਰ੍ਹਾਂ ਦੇ ਬਚਨ ਹੈ ਜਿਹੜੇ ਗੁਰੂ ਜੀ ਫਰਮਾਉਂਦੇ ਨੇ ਇਸ ਤਰ੍ਹਾਂ ਦੀਆਂ? ਗੁਰੂ ਜੀ ਇਹ ਫਰਮਾਉਂਦੇ ਕਿ ਫਾਲਤੂ ਦੇ ਖਰਚੇ ਉਹਨਾਂ ਨੂੰ ਛੱਡ ਕੇ ਤੁਸੀਂ ਆਪਣਾ ਦਿਲੋਂ ਜੋੜ ਮਾਲਾ ਪਹਿਨਾਓ। ਠੀਕ ਹੈ। ਕਿਸ ਤੁਹਾਨੂੰ ਖੁਸ਼ੀ ਮਿਲਦੀ ਹੈ ਅਜਿਹੇ ਕਰੀਏ ਕਰਕੇ? ਹਾਂਜੀ ਹਾਂਜੀ, ਜਿੱਦਾਂ ਸਾਨੂੰ ਸਤਿਗੁਰ ਜੀ ਦੇ ਸਤਿਗੁਰ ਦੇ ਬਚਨ ਅੱਜ ਵੀ ਯਾਦ, ਅਸੀਂ ਉਹਨਾਂ ਨੂੰ ਅੱਗੇ ਵੀ ਕਾਇਮ ਰੱਖਾਂਗੇ। ਇੱਥੇ ਤੁਹਾਡਾ ਕਿੰਨਾ ਖਰਚਾ ਹੈਗਾ ਸ਼ਾਦੀ ਕਰਵਾਉਣ ਦੇ ਵਿੱਚ? ਕੋਈ ਖਰਚਾ ਨਹੀਂ ਹੈ ਜੀ। ਕੋਈ ਖਰਚਾ ਨਹੀਂ? ਜੇਕਰ ਤੁਸੀਂ ਬਾਹਰ ਸ਼ਾਦੀ ਕਰਦੇ, ਇਸ ਮੈਰਿਜ ਨੂੰ ਬਾਹਰ ਕਰਦੇ, ਤਾਂ ਤੁਹਾਡਾ ਕਿੰਨਾ ਖਰਚਾ ਆ ਜਾਣਾ ਸੀ? ਉਹਦਾ ਤੁਹਾਡੇ ਸਾਹਮਣੇ ਹੈ ਜੀ, ਪੈਲਸ ਦਾ ਅਲੱਗ ਖਰਚ ਹੁੰਦਾ, ਬਾਕੀ ਤੁਸੀਂ ਆਪ ਦੇਖ ਲਓ ਫੰਕਸ਼ਨ ਹੁੰਦੇ ਆ। ਤੁਸੀਂ ਸਹਿਮਤ ਉਹਨਾਂ ਦੀ ਗੱਲ ਨਾਲ ਜਿਹੜਾ ਅੱਜ ਦਾ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਸਟੈਪ ਹੈ, ਤੁਸੀਂ ਇੱਥੇ ਆ ਕੇ ਸ਼ਾਦੀ ਜਿਹੜੀ ਕਰਵਾ ਰਹੇ ਹੋ, ਕਿਉਂਕਿ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਇਹ ਚਾਹੁੰਦੇ ਨੇ ਵੀ ਮੇਰਾ ਹੈਲੀਕਾਪਟਰ ਆਵੇ, ਮੇਰੀ ਡੋਲੀ ਕੋਈ ਇਸ ਤਰ੍ਹਾਂ ਦੀ ਆਵੇ। ਤੁਸੀਂ ਇਹਨਾਂ ਤੋਂ ਹਟ ਕੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਕੀ ਤੁਹਾਨੂੰ ਮਿਲਦਾ ਹੈ ਅਜਿਹਾ ਕੰਮ ਕਰਕੇ? ਕੀ ਕਿਸ ਤਰ੍ਹਾਂ ਦੀ ਤੁਹਾਡੀ ਸੋਚ ਹੈ, ਕਿਵੇਂ ਬਣਦੀ ਹੈ? ਸਾਨੂੰ ਖੁਸ਼ੀ ਮਿਲਦੀ ਹੈ, ਸਤਿਗੁਰ ਨੇ ਜੋ ਕਿਹਾ ਸਾਨੂੰ ਅਸੀਂ ਉਹਨਾਂ ਖੁਸ਼ੀ ਮਿਲਦੀ, ਬਸ ਬਚਣਾ ਚੱਲਦੇ ਹਾਂ, ਖੁਸ਼ੀ ਮਿਲਦੀ ਹੈ। ਠੀਕ ਹੈ। ਅਤੇ ਕੋਈ ਤੁਹਾਡਾ ਇੱਥੇ ਪੈਸਾ ਨਹੀਂ ਲੱਗਿਆ ਖਰਚ? ਨਹੀਂ ਨਹੀਂ ਜੀ। ਅੱਛਾ, ਕਿੰਨੇ ਕਿਸ ਤਰ੍ਹਾਂ ਦਾ ਹੋਰ ਤੁਸੀਂ ਕਰ ਕੀ ਰਹੇ ਹੋ ਅੱਜ ਕੱਲ੍ਹ, ਕੀ ਕਰਦੇ ਹੋ ਤੁਸੀਂ? ਗੌਰਮੈਂਟ ਅਪਲਾਈ ਜੀ, ਦੋਨੀ ਗੌਰਮੈਂਟ ਅਪਲਾਈ ਜੀ। ਬਹੁਤ ਹੀ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਦੋਨੋਂ ਜਿਹੜੇ ਹੈਗੇ ਆ ਮੁਲਾਜ਼ਮ ਨੇ, ਗੌਰਮੈਂਟ ਇੰਪਲਾਈਜ਼ ਨੇ। ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਉਹ ਇੰਨਾ ਜਿਹੜਾ ਹੈਗਾ ਸਮਾਜ ਦਾ ਜਿਹੜਾ ਅੱਜ ਦਾ ਜਿਹੜਾ ਰੁਤਬਾ ਜਾਂ ਸਟੇਟਸ ਆਪਾਂ ਕਹਿ ਲਈਏ ਵੀ ਉਹ ਨਜਾਇਜ਼ ਤਰ੍ਹਾਂ ਦੇ ਜਿਹੜੇ ਖਰਚੇ ਹੈ ਵਿਆਹ ਸ਼ਾਦੀਆਂ ਦੇ ਵਿੱਚ ਕੀਤੇ ਜਾਂਦੇ ਨੇ। ਖਾਸ ਕਰਕੇ ਜੇ ਕੋਈ ਇੰਪਲਾਈਜ ਹੁੰਦਾ ਤਾਂ ਉਹ ਸਮਾਜ ਦੇ ਵਿੱਚ ਆਪਣੀ ਇੱਜ਼ਤ ਦੇਖਦਾ ਜਾਂ ਆਪਣੇ ਬਹੁਤ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ ਨੇ। ਇਹ ਜਿਹੜੇ ਯੋਧੇ ਹੈ ਜਾਂ ਆਪਾਂ ਸਰੂਟ ਦੇ ਯੋਗ ਨੇ, ਇਹ ਲੋਕ ਜੋ ਡੇਰੇ ਸੱਚੇ ਸੌਦੇ ਵਿੱਚ ਆ ਕੇ ਬਿਨਾਂ ਜਿਹੜਾ ਦਹੇਜ ਤੋਂ ਜਾਂ ਬਿਨਾਂ ਕਿਸੇ ਵੀ ਜਿਹੜਾ ਉਹ ਅਜਿਹੀ ਜਿਹੜੀ ਰੀਤ ਦੇ ਅੰਦਰ ਆ ਕੇ ਇਹ ਸ਼ਾਦੀਆਂ ਕਰਵਾ ਰਹੇ ਨੇ, ਸੋ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਅਤੇ ਸਮਾਜ ਨੂੰ ਵੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਜਿਹੀਆਂ ਸੰਸਥਾਵਾਂ ਜੋ ਡੇਰੇ ਸੱਚੇ ਸੌਦੇ ਦੇ ਵੱਲੋਂ ਰੂਲਸ ਬਣਾਏ ਗਏ ਨੇ, ਅਜਿਹੀ ਜਿਹੜੀ ਸੋਚ ਸੰਤ ਗੁਰਮੀਤ ਰਾਮ ਸਿੰਘ ਇਨਸਾਨ ਦੀ ਹੈਗੀ ਹੈ ਜੋ ਨੌਜਵਾਨਾਂ ਨੂੰ ਇੱਕ ਅਲੱਗ ਸੇਧ ਦੇ ਰਹੀ ਹੈ, ਐਸੇ ਜਿਹੜੇ ਸੰਤਾਂ ਨੂੰ ਸਨਮਾਨ ਕਰਨ ਦੀ ਯੋਗ ਹੈ ਜੋ ਅੱਜ ਕੁਛ ਸਿਆਸਤਦਾਰਾਂ ਦੇ ਵੱਲੋਂ ਜਾਂ ਕੁਛ ਅਜਿਹੇ ਲੋਕਾਂ ਦੇ ਵਿੱਚ ਸਾਸਿਤ ਦੇ ਤੌਰ 'ਤੇ ਜੋ ਅੰਦਰ ਬੈਠੇ ਨੇ। ਅਜਿਹੀ ਸੋਚ ਦੀ ਸਮਾਜ ਨੂੰ ਬਹੁਤ ਵੱਡੀ ਲੋੜ ਹੈ, ਅਜਿਹੇ ਸੰਤਾਂ ਦੀ ਜੋ ਅਜਿਹੇ ਤੁਹਾਡੇ ਸਾਹਮਣੇ ਜਿਹੜੇ ਕਰੀਏ ਕਰਾ ਰਹੇ ਨੇ। ਸੋ ਤੁਸੀਂ ਸਾਨੂੰ ਟਾਈਮ ਦਿੱਤਾ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਧੰਨਵਾਦ ਤੁਹਾਡਾ। ਤੁਸੀਂ ਦੇਖਦੇ ਰਹੋ ਦਾ ਫੈਕਟ ਹੈ, ਮੈਂ ਸੁਖਵਿੰਦਰ ਕੋਟਲੀ, ਬਾਈ ਮੱਖਣ ਸ਼ਰਮਾ ਦੇ ਨਾਲ, ਧੰਨਵਾਦ।